ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਜੀ ਕਿ ਵਪਾਰ ਮੰਡਲ ਅਤੇ ਨਵਾਂਸ਼ਹਿਰ ਦੇ ਨਵੇਂ ਪ੍ਰਧਾਨ ਨੇ ਸਰਕਾਰ ਅੱਗੇ ਕਿਹੜੀ ਬੇਨਤੀ ਕੀਤੀ ਹੈ, ਕਿਹੜੀ ਰਾਹਤ ਮਿਲੀ ਹੈ, ਔਰ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਬਹੁਤ ਕੀਮਤੀ ਨੇ ਜਾਨਾਂ ਦੀ। ਨਾਲ ਦੀ ਨਾਲ ਇਹ ਵੀ ਖਬਰ ਦੇ ਦੇਵਾਂ ਕਿ 25 ਤਰੀਕ ਨੂੰ ਕਿਉਂ ਬੰਦ ਰਹਿਣਗੀਆਂ ਮੀਟ ਰੇੜੀ, ਮੀਟ ਆਂਡੇ ਦੀਆਂ ਰੇੜੀਆਂ ਅਤੇ ਨਾਲ ਹੀ ਮੀਟ ਆਂਡੇ ਦੀਆਂ ਦੁਕਾਨਾਂ। ਜੀ ਸਾਡੀ ਹਰ ਇੱਕ ਖਬਰ ਨੂੰ ਧਿਆਨ ਨਾਲ ਸੁਣ ਲਿਆ ਕਰੋ, ਸ਼ੇਅਰ ਕਰ ਦਿਆ ਕਰੋ, ਗਹਿਰਾਈ ਤੱਕ ਜਾਇਆ ਕਰੋ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਤੁਹਾਨੂੰ ਬਿਨਾਂ ਵਜ੍ਹਾ ਤੋਂ ਲੱਗੇ ਕੋਈ ਵੀ ਜੁਰਮਾਨਾ। ਜੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਾਂ ਨਹੀਂ ਸੋਰੀ, ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਹੋ ਵੀਡੀਓ ਕਿਸ ਵਾਪਸ ਹੋਣ ਵਾਲੀ ਹੈ। ਇਸ ਸਮੇਂ ਕੋਠੀ ਰੋਡ 'ਤੇ ਪਹੁੰਚੇ ਹਾਂ ਜੀ, ਸਾਡੇ ਨਾਲ ਸਚਿਨ ਜੀ ਵੀ ਮੌਜੂਦ ਨੇ ਵਪਾਰ ਮੰਡਲ ਤੋਂ, ਪ੍ਰਵੀਨ ਭਾਟੀਆ ਜੀ ਵੀ ਮੌਜੂਦ ਨੇ, ਸਾਹਿਲ ਜੀ ਵੀ ਮੌਜੂਦ ਨੇ। ਔਰ ਜਿਵੇਂ ਤੁਹਾਨੂੰ ਪਤਾ ਕਿ 8:05 ਹੋ ਗਏ ਨੇ, ਕਰਫਿਊ ਦਾ ਸਮਾਂ 8 ਵਜੇ ਸ਼ੁਰੂ ਹੋ ਜਾਂਦਾ, ਲੇਕਿਨ ਅੱਜ ਪ੍ਰਧਾਨ ਜੀ ਔਰ ਪ੍ਰਵੀਨ ਜੀ ਨੇ ਬੇਨਤੀ ਕੀਤੀ ਸੀ ਪੁਲਿਸ ਪ੍ਰਸ਼ਾਸਨ ਨੂੰ, ਕੀ ਬੇਨਤੀ ਸੀਗੀ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾਂ ਪ੍ਰਧਾਨ ਜੀ ਤੋਂ ਇੱਕ ਮਿੰਟ ਲਵਾਂਗੇ, ਫਿਰ ਭਾਟੀਆ ਸਾਹਿਬ ਨਾਲ ਵੀ ਗੱਲ ਕਰਵਾਵਾਂਗੇ। ਜੀ ਪ੍ਰਧਾਨ ਜੀ। ਹਾਂਜੀ, ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ ਸਰ, ਉਹੀ ਮੈਂ ਗੱਲ ਕਰ ਰਿਹਾ ਸੀਗਾ, ਇੱਕ ਮੋਰਨਿੰਗ 'ਚ ਵੀ ਆਪਾਂ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀਗੀ, ਸਾਡੀ ਟੀਮ ਵੀ ਉੱਥੇ ਪਹੁੰਚੀ ਸੀਗੀ, ਲੇਕਿਨ ਜਿਹਨਾਂ ਤੱਕ ਉਹ ਵੀਡੀਓ ਨਹੀਂ ਪਹੁੰਚੀ, ਇਹ ਲਾਈਵ ਵੀਡੀਓ ਪਹੁੰਚਾਉਣਾ ਚਾਹੁੰਦੇ ਹਾਂ ਤਾਂ ਕਿ ਪਤਾ ਲੱਗੇ ਕਿਹੜੀ ਰਾਹਤ ਦਵਾਈ ਹੈ ਤੁਸੀਂ ਅਤੇ ਪ੍ਰਵੀਨ ਜੀ ਨੇ ਰਲ ਕੇ, ਔਰ ਜਨਤਾ ਨੂੰ ਇੱਕ ਵਾਰੀ ਬੇਨਤੀ ਵੀ ਕਰ ਦਿਓ ਕਿ ਅਸੀਂ ਰਲ ਕੇ ਸਹਿਯੋਗ ਵੀ ਕਰਨਾ। ਬਿਲਕੁਲ, ਅੱਜ ਅਸੀਂ ਸਾਡੇ ਨਗਰ ਕੌਂਸਲ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਮੀਟਿੰਗ ਕੀਤੀ ਸੀ, ਜਿਸ ਵਿੱਚ DSP ਸਾਹਿਬ ਅਤੇ SHO ਸਿਟੀ ਨਵਾਂਸ਼ਹਿਰ ਪਹੁੰਚੇ ਸੀ, ਅਤੇ ਨਗਰ ਕੌਂਸਲ ਵੱਲੋਂ, ਸਾਰੇ ਮੈਂਬਰ ਸਾਹਿਬਾਨਾਂ ਵੱਲੋਂ ਔਰ ਵਪਾਰ ਮੰਡਲ ਵੱਲੋਂ ਇਹ ਬੇਨਤੀ ਕੀਤੀ ਗਈ ਸੀ ਕਿ ਠੀਕ ਹੈ ਭਾਵੇਂ ਟਾਈਮ ਜਿਹੜਾ ਆ ਉਹ 8 ਵਜੇ ਦਾ ਆ ਮਾਰਕੀਟ ਬੰਦ ਕਰਨ ਦਾ, ਬਟ ਸਾਰੇ ਜਿੰਨੇ ਵੀ ਲੋਕ ਜਦੋਂ ਮਾਰਕੀਟ ਬੰਦ ਕਰਦੇ ਆ, ਕੋਈ ਵਰਕਰ ਹੁੰਦਾ ਆ ਜਾਂ ਮਾਲਕ ਹੁੰਦੇ, ਦੁਕਾਨਦਾਰ ਹੁੰਦੇ, ਉਹਨਾਂ ਨੂੰ ਥੋੜ੍ਹਾ ਟਾਈਮ ਲੱਗਦਾ ਆਪਣੇ ਆਪਣੇ ਘਰ ਪਹੁੰਚਣ ਨੂੰ, ਸੈਟਲ ਡਾਊਨ ਨੂੰ ਜਿਹਨੂੰ ਆਪਾਂ ਕਹਿੰਦੇ, ਥੋੜ੍ਹਾ ਟਾਈਮ ਲੱਗਦਾ ਆ। ਅਤੇ ਨਗਰ ਕੌਂਸਲ ਦੇ ਸਾਰੇ ਮੈਂਬਰ ਸਾਹਿਬਾਨਾਂ ਨੇ ਅਤੇ ਭਾਟੀਆ ਸਾਹਿਬ ਵਪਾਰ ਮੰਡਲ ਵੱਲੋਂ ਇਹਨਾਂ ਨੇ ਬੇਨਤੀ ਕੀਤੀ ਸੀ ਕਿ ਸਾਨੂੰ ਥੋੜ੍ਹਾ ਐਡ ਔਨ ਟਾਈਮ ਦਿੱਤਾ ਜਾਵੇ, ਜਿਹੜੀ ਬੇਨਤੀ ਪ੍ਰਵਾਨ ਕਰਕੇ DSP ਸਾਹਿਬ ਨੇ ਸਾਨੂੰ ਲਗਭਗ 9 ਵਜੇ ਤੱਕ ਇਹ ਛੋਟ ਦਿੱਤੀ ਆ ਕਿ ਦੁਕਾਨਾਂ ਜਿਹੜੀਆਂ ਉਹ 8 ਵਜੇ ਬੰਦ ਹੋਣਗੀਆਂ, ਪਰ ਜਿਹੜੇ ਸੈਟਲ ਡਾਊਨ ਹੋਣ ਨੂੰ ਕਈ ਲੋਕ ਪਿੰਡਾਂ ਤੋਂ ਆਏ ਹੁੰਦੇ ਆ ਜਿਹੜੇ ਕੰਮ ਕਰਦੇ, ਕਈ ਦੁਕਾਨਦਾਰ ਵੀ ਪਿੰਡਾਂ ਤੋਂ ਆਉਂਦੇ ਆ ਜਾਂ ਦੂਰ ਦੂਰ ਦੁਰਾਡੇ ਇਲਾਕਿਆਂ ਤੱਕ ਪਹੁੰਚਣ ਲਈ ਉਹਨਾਂ ਨੂੰ ਜਿਹੜਾ ਆ ਇਨਫ ਟਾਈਮ ਜਿਹੜਾ ਆ ਉਹ ਦਿੱਤਾ ਗਿਆ ਆ, ਪਰ ਇਹਦਾ ਮਤਲਬ ਇਹ ਬਿਲਕੁਲ ਨਹੀਂ ਕਿ ਅਸੀਂ ਉਹ ਟਾਈਮ ਦੀ ਲਿਬਰਟੀ ਲੈ ਕੇ 9-9 ਵਜੇ ਤੱਕ ਦੁਕਾਨਾਂ ਹੀ ਖੋਲ੍ਹੀ ਜਾਈਏ। ਸੋ ਟਾਈਮਿੰਗ ਦੁਕਾਨਾਂ ਬੰਦ ਕਰਨ ਦੀ 8 ਵਜੇ ਹੀ ਆ, ਅਤੇ ਸੈਟਲ ਡਾਊਨ ਹੋਣ ਦੀ ਆਪਣੇ ਆਪਣੇ ਘਰ ਵਾਪਸ ਪਹੁੰਚਣ ਲਈ ਉਹਨਾਂ ਨੇ ਜਿਹੜਾ ਆ ਇਹ 1.25 ਘੰਟੇ ਤੋਂ ਲੈ ਕੇ 1 ਘੰਟੇ ਦੇ ਵਿੱਚ ਉਹਨਾਂ ਨੇ ਸਾਨੂੰ ਕਿਹਾ ਸੀਗਾ, ਉਹਦੀ ਰਾਹਤ ਦਿੱਤੀ ਆ। ਸੋ ਅਸੀਂ ਪੁਲਿਸ ਪ੍ਰਸ਼ਾਸਨ ਦਾ ਦਿਲੋਂ ਧੰਨਵਾਦ ਕਰਦੇ ਹਾਂ, ਅਤੇ ਮੈਂ ਸਾਰਿਆਂ ਨੂੰ ਜਿੰਨੇ ਵੀ ਮੇਰੇ ਦੁਕਾਨਦਾਰ ਵੀਰ ਆ ਔਰ ਨਵਾਂਸ਼ਹਿਰ ਦੇ ਨਿਵਾਸੀ ਆ, ਉਹਨਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਜੋ ਨਾਈਟ ਕਰਫਿਊ ਦੇ ਜਿਹੜੇ ਸਾਨੂੰ ਨਿਯਮ ਦਿੱਤੇ ਗਏ ਆ ਉਹਨਾਂ ਨੂੰ ਆਪਾਂ ਪ੍ਰੋਪਰਲੀ ਫੋਲੋ ਕਰੀਏ ਔਰ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰੀਏ ਤਾਂ ਕਿ ਕਿਸੇ ਦੇ ਉੱਤੇ ਵੀ ਕੋਈ ਕਾਰਵਾਈ ਨਾ ਕੀਤੀ ਜਾਵੇ। ਜੀ ਬਹੁਤ ਸ਼ੁਕਰੀਆ। ਭਾਟੀਆ ਸਾਹਿਬ ਵੀ ਸਾਡੇ ਨਾਲ ਨੇ ਵਪਾਰ ਮੰਡਲ ਤੋਂ ਨੇ, ਭਾਟੀਆ ਸਾਹਿਬ ਤਾਂ ਆਪਣੀ ਦੁਕਾਨ ਮੇਰਾ ਖਿਆਲ ਜਲਦੀ ਬੰਦ ਕਰ ਗਏ ਸੀ, ਲੇਕਿਨ ਭਾਟੀਆ ਸਾਹਿਬ ਜਿਹੜੇ ਲੋਕ ਕਈ ਵੇਲੇ ਕੀ ਹੁੰਦਾ ਕਿ ਗਾਹਕ 7:50 ਤੇ ਆ ਜਾਂਦਾ, ਫਿਰ 10-15 ਮਿੰਟ ਲੱਗ ਜਾਂਦੇ ਨੇ ਜਾਂ ਕਰਿੰਦੇ ਹੁੰਦੇ ਨੇ ਦੁਕਾਨ ਦੇ, ਜਦੋਂ ਮਾਲਕ ਦੁਕਾਨ ਬੰਦ ਕਰਕੇ ਛੁੱਟੀ ਉਹਨਾਂ ਨੂੰ ਉਦੋਂ ਹੀ ਮਿਲਣੀ ਆ, ਕਿ ਇਹ ਸਾਰੀਆਂ ਗੱਲਾਂ ਧਿਆਨ 'ਚ ਰੱਖ ਕੇ ਜਿਹੜਾ DSP ਸਾਹਿਬ ਨੂੰ ਬੇਨਤੀ ਕੀਤੀ ਗਈ ਸੀ। ਬਿਲਕੁਲ ਜੀ ਬਿਲਕੁਲ, ਕੁਛ ਸਾਡੇ ਕੋਲ ਕੱਲ੍ਹ ਰਿਪੋਰਟਾਂ ਆਈਆਂ ਸੀ ਵੀ ਮਤਲਬ ਕੁਛ ਮੁਲਾਜ਼ਮ ਜਿਹੜੇ ਆ ਦੁਕਾਨਾਂ ਬੰਦ ਕਰਨ ਤੋਂ ਬਾਅਦ ਜਿਹੜੇ ਜਾਂਦੇ ਜਿਹਨਾਂ ਨੂੰ 15-20 ਮਿੰਟ ਅੱਧਾ ਘੰਟਾ ਲੱਗਦਾ ਹੈ, ਕਈ ਥੋੜ੍ਹੇ ਥੋੜ੍ਹੇ ਦੂਰੋਂ ਵੀ ਆਉਂਦੇ ਆ ਪਿੰਡਾਂ ਤੋਂ ਵੀ, ਉਹਨਾਂ ਨੂੰ ਥੋੜ੍ਹੀ ਜਿਹੀ ਦਿੱਕਤ ਆਈ ਸੀ, ਪਰ ਅਸੀਂ ਅੱਜ ਜਿਹੜੀ ਬੇਨਤੀ ਕੀਤੀ ਉਹਨੇ ਪ੍ਰਵਾਨ ਕਰ ਲਈ। ਸ਼ਰਤ ਉਹਦੇ 'ਚ ਇਹੀ ਹੈ ਵੀ ਕੋਈ ਬਿਨਾਂ ਵਜ੍ਹਾ ਤੋਂ ਇਹ ਚੀਜ਼ ਨੂੰ ਮਤਲਬ ਇਹ ਨਾ ਸਮਝੋ ਸਾਨੂੰ ਅੱਧਾ 1.25 ਘੰਟਾ ਮਿਲ ਗਿਆ ਤਾਂ ਜਿੱਦਾਂ ਮਰਜ਼ੀ ਘੁੰਮੀਏ। ਮੇਰੇ ਖਿਆਲ DSP ਸਾਹਿਬ ਆ ਵੀ ਗਏ ਜੀ। ਚਲੋ ਅੱਛੀ ਗੱਲ ਜੀ, ਆਏ ਆ ਕਿ ਸੋ ਕਹਿਣ ਦਾ ਮਤਲਬ ਇਹ ਆ ਵੀ ਮੈਂ ਸਾਰੇ ਦੁਕਾਨਦਾਰਾਂ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਆਪਣਾ ਮਾਸਕ ਜ਼ਰੂਰ ਪਾ ਕੇ ਰੱਖੋ, ਹੱਥ ਵਾਰ ਵਾਰ ਧੋਵੋ। ਇਹ ਪਿਛਲੇ ਸਾਲ ਤੋਂ ਬੇਨਤੀ ਆ ਕਰਦੇ ਹਾਂ, ਇਹ ਤੁਹਾਡੇ ਨਾਲ ਔਰ ਕਰਦੇ ਰਹਾਂਗੇ ਜਦ ਤੱਕ ਇਸ ਮਹਾਂਮਾਰੀ ਦਾ ਆਪਾਂ ਕਾਬੂ ਨਹੀਂ ਪਾ ਲੈਂਦੇ। ਸੋ ਮੈਂ ਜਿਹੜੀ ਅੱਜ DSP ਸਾਹਿਬ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਬੇਨਤੀ ਪ੍ਰਵਾਨ ਕੀਤੀ ਵੀ ਜਿਹੜੇ ਦੁਕਾਨਦਾਰ ਦੁਕਾਨਾਂ ਬੰਦ ਕਰਨ ਤੋਂ ਬਾਅਦ 15-20 ਮਿੰਟ ਅੱਧਾ ਘੰਟਾ ਆਪਣੇ ਦੁਕਾਨ ਤੱਕ ਪਹੁੰਚਣ ਨੂੰ ਟਾਈਮ ਚਾਹੀਦਾ, ਉਹਨਾਂ ਨੇ ਮੰਨ ਲਿਆ, ਮੈਂ ਉਹਨਾਂ ਦਾ ਧੰਨਵਾਦੀ ਹਾਂ। ਫਿਰ ਤੋਂ ਕਲੀਅਰ ਕਰ ਦਿਓ ਜੀ, ਕੋਈ ਗਲਤ ਨਾ ਸਮਝੇ ਕਿ ਦੁਕਾਨ ਬੰਦ ਕਰਨ ਦਾ ਸਮਾਂ 8 ਵਜੇ ਹੀ ਹੈ।
मैं थोड़ा दो बारी गल कहती प्रधान जी ने भी गल कही है भी दुकान बंद करने का टाइम जरा अठ बजे का उन्होंने पौने अठ लैके चलो साढ़े सत्त लैके चलो भी आप टाइम सर घर पहुंचीए क्योंकि जोड़ा गोरमेंट का रूल बनाया किसी गल में भी बनाया भी अठ बजे दुकाना बंद करफ्यू लगाने का मतलब यही है भी करोना से काबू पाया जाए सानू सहयोग करना चाहिए पर एक जो टाइम लिया सिर्फ इस करके लिया मजबूरी बन जाती है चलो प्रशासन का साथ देना साडा फर्ज है असी शहर वासी नूं अपील करदा मैं व्यापार मंडल वालों भी अपील करदा व्यापारी भरावां नूं भी अपील करदा भी इहदे च प्रशासन का साथ दिए जिथे तक सानूं लोड़ होगी उन्हां कोल कोई सहयोग लैण दी उहदा उन्हां कोल लवांगे भी तो उन्हां नूं देवांगे ठीक है ना असी इस महामारी ते काबू पाउणा मेन साडा मकसद ये है होर सवाल जी चलो प्रधान जी तो एक चीज़ मैं जरूर पूछनी चाहूँगा प्रधान जी पुलिस प्रशासन ने तो थोड़ी मंजूरी दे दी है जिवें इन्होंने कहा है और सहयोग जो आम जनता वालों मिल रहा क्योंकि पिछले मुकम्मल बंद नज़र आ रहा इस पास भी पूरा जो बंद नज़र आ रहा आम जनता तो खुश हो तुसी बिल्कुल जी मैं अपने नवांशहर की जिहड़ी सूझवान जनता आ उन्होंने ये जो उन्होंने इस प्रोटोकॉल को फॉलो किया और जो नियम सानू कोविड प्रोटोकॉल के दिते गए थे दुकाना बंद कर साडे शहर वासिया ने मेरे दुकानदार वीर ने बहुत वधिया ढंग पालना की तो इस करके मैं अपने दुकानदार वीर का शहर वासिया का दिलों धन्यवाद हाँ धन्यवाद करदा हाँ तो नाल ही नाल ये अपील करदा कि किसी नूं भी इस चीज़ खुशी नहीं हुंदी जल्दी दुकाना बंद करा के या कोई भी सख्ती करके लेकिन जो महामारी फैली हुई आ जो आप देखते पे हाँ कि ऑक्सीजन की कमी आ रही है तुसी हर रोज़ तुसी टीवी दे विच देख रहे हो कि दिल्ली दे विच की हालात बने हुए आ ताकि इदा के हालात साढ़े पंजाब विच भी ना बन जाए इस चीज़ नू ठल पाने लई पहले ही सरकार ने जिदा तुसी देखिया सी जदों कोविड स्टार्ट होया सी पहले कैप्टन साहब ने बहुत वधिया डिसीजन लैके इस महामारी नू कंट्रोल च कर लिया सी और साडा नवांशहर जिला ही सी जिथों सब तो पहला कोविड पेशेंट आया सी सो मैं यही बेनती करदा ते किसी नू भी खुशी नहीं हुंदी सानू भी पूरा दुख है कि हाँ सारे दा नुकसान हुंदा है ज्यादा दुकानदार ही ने साडे शहर तो उन्हां नू परेशानी तो आउंदी और 6 बजे तो 8 बजे जिहड़ा क्रूशियल टाइम है 9 बजे तक कस्टमर करो जिहड़ा शहर दा लोकल होके वेले समान लैण भी आउंदा है समान लैण भी आउंदा बिल्कुल मैं जबकि मैं थोड़ी एक गल होर दसदा मैंने हुणे कुछ दुकानदार वीर मिल के गए जिहड़े दुकाना बंद करके जा रहे थे वो कहिंदे कि सानू दुकाना लेट बंद करके कोई फायदा ही नहीं है क्योंकि कारण यह है कि 7 बजे तो बाद कस्टमर ही नहीं आता सो वो कहिंदे जे साडे भाणे भावें तुसी होर शॉर्ट कर दो तां वी वधिया कहिंदे असी तां एक दूजे की देखा देखी दुकाना खोल के बैठे रहिंदे कि उस बंदे ने 8 बजे बंद करनी तां जिन्नी लेट वह बंद करूगा उन्नी लेट असी करांगे सो वो कहिंदे कि जब कस्टमर ही नहीं आता तो असी दुकाना खोल के भी की करांगे जी प्रधान जी ने एक बहुत वड्डी गल कही है पाटिया साहब वो कहते हैं कि देखा देखी बैठे रहने कि नाल दा करूगा तो असी करांगे ये कई वेले वितकरा आ जाता जां कॉम्पीटिशन भी आ जाता नहीं मैं इस नाल सहमत नहीं क्योंकि मैं हर तरह के दुकानदार नाल विचरदा उस हर ट्रेड का दुकानदार है हर बंदे का काम अपने अपने ढंग ना चलता किसी का 6 बजे तक होंगे काम किसी का 7 बजे का किसी का 8 का और यहोजे दुकानदार भी है जिहड़े हलवाई यूनियन है जां रेस्टोरेंट वो भी मेरे को आगे अप्रोच करते भी साडा भी कुछ सोचो चलो ये सरकार पंजाब सरकार का फैसला ना कि नवांशहर कल्ले का फैसला जो तो पूरे पंजाब का फैसला हो मुताबिक चलना चलो नवांशहर के रिलेटेड बहुत क्वेश्चन है प्रधान जी तो पूछांगे लेकिन समा आ जावे नहीं मैं थोड़ा एक गल का जवाब देने लगा सी भी कुछ दुकानदार ये कहते भावे 6 बजे बंद कर दो नो सारे दुकानदार नहीं है कुछ परसेंट है समझे नहीं गल अलग अलग ट्रेड के अलग अलग बंद अलग अलग तरह का काम है चलो बाकी गल रह गई मेन कोविड की मैं फिर दोबारा बेनती करना असी अपना टाइम नू बचाना है अपना जिहड़ा समय चल रहा है वो चलता पे रोंग कोविड की इको एक बचाए हाथ धोवो और मास्क लगा के रखो अज तुहानू पता लगेगा सुन ली होनी तुसी खबर सूरी साहब 6 बजे करता हरियाणा च जी कल तो बाजार 6 बजे मार्केटा बंद वो भी नुकसान ही है दुकानदार तक मरिया पे रिलेटेड मेरे अंदर बहुत टेक्निकल सवाल आ रहे हैं लेकिन मैं तुहानू नहीं पूछ सकता वो सरकार नू पूछे जाणगे बिल्कुल बिल्कुल चलो जो साडी नॉलेज है पिछले साल का तजर्बा है उहदे च इह है सरकार जिला मैजिस्ट्रेट इन चीज़ों का ढुकमे जवाब दुकानदार जिहड़ा है वह पिसदा है हर पासे पिसदा है इस लई जिहड़ा साडा दुकानदार है वह मरिया पिया जिहड़ा मीडियम दुकानदार है बिल्कुल खत्म हो चुका जी उहनू पता नहीं भी मैं अंदरों रास खा रहे हैं जां कितों उधारे लैके फड़ रहे हैं बहुत बुरा हाल मार्केट का
ਸੋ ਮੇਰੀ ਦੁਕਾਨਦਾਰਾਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਵੀ ਇਸ ਕਰੋਨਾ ਨੂੰ ਅਸੀਂ ਖਤਮ ਕਰਨ ਵਾਸਤੇ ਇੱਕੋ ਚੀਜ਼ ਹੈ, ਮਾਸਕ ਨਾ ਲਾਈਏ, ਮਾਸਕ ਪਾ ਕੇ ਰੱਖੀਏ, ਬਾਕੀਆਂ ਨੂੰ ਪ੍ਰੇਰਿਤ ਕਰੀਏ ਵੀ ਮਾਸਕ ਪਾਓ, ਹੱਥ ਵਾਰ ਵਾਰ ਧੋਵੋ, ਆਪਣਾ ਵੀ ਬਚਾਅ ਕਰੋ। ਪਹਿਲਾਂ ਰੇਹੜੀ ਵਾਲੇ ਨਾਲ ਵੀ ਦਿੱਕਤ ਆਈ ਸੀ, ਰੇਹੜੀ ਵਾਲੇ ਨੂੰ ਵੀ ਸਮਝਾਉਣ ਦਿਓ, ਕਾਉਂਸਲਿੰਗ ਕਰ ਦਿਓ ਥੋੜ੍ਹੀ ਕਿ 8 ਵਜੇ ਬੰਦ ਕਰ ਲਿਆ ਕਰੋ। ਬਿਲਕੁਲ ਜੀ ਬਿਲਕੁਲ, ਨਹੀਂ ਹੈ ਅਸੀਂ ਰੇਹੜੀ ਵਾਲੇ ਨੂੰ ਵੀ ਕਹਿੰਦੇ ਹਾਂ, ਸਾਰਿਆਂ ਨੂੰ ਇਹੀ ਗੱਲ ਕਹਿੰਦੇ ਹਾਂ ਵੀ ਤੁਸੀਂ ਟਾਈਮ ਸਿਰ ਆਪਣਾ ਘਰ ਜਾਓ। ਦੁਕਾਨਦਾਰਾਂ ਨੂੰ ਮੈਂ ਵਾਰ ਵਾਰ ਇਹ ਕਹਿੰਦਾ 15 ਮਿੰਟ ਪਹਿਲੇ ਬੰਦ ਕਰ ਦਿਓ, ਅਸੀਂ ਜ਼ਰੂਰ 8 ਵਜੇ ਕਰਨੀ ਬੰਦ। ਸਾਰਾ ਦਿਨ ਬੈਠੇ ਜੋ ਭਾਗਾ ਜੇ ਹੈਗਾ ਉਹ ਤਾਂ ਮਿਲ ਜਾਣਾ, ਪਰ ਫਿਰ ਵੀ ਅਲੱਗ ਅਲੱਗ ਤੁਹਾਨੂੰ ਮੈਂ ਦੱਸਿਆ ਅਲੱਗ ਅਲੱਗ ਟ੍ਰੇਡ ਦਾ ਅਲੱਗ ਅਲੱਗ ਤਰ੍ਹਾਂ ਦਾ ਕੰਮ ਹੈ, ਅਤੇ ਉਹ ਬੇਨਤੀ ਕਰ ਦਿੱਤੀ 7:45 ਤੁਸੀਂ ਬੰਦ ਕਰੋ। ਉਸ ਤੋਂ ਬਾਅਦ ਰੇਹੜੀ ਵਾਲੇ ਨੂੰ ਵੀ ਇਹ ਬੇਨਤੀ ਕੀਤੀ ਹੈ ਵੀ ਆਪਣਾ ਟਾਈਮ ਸਮਝਾਓ। ਆਹ ਹੁਣ ਦੇਖ ਦੇਖੋ ਦੁਕਾਨਦਾਰ ਜਿਹੜੇ ਕੋਈ ਇੰਪਲਾਈਜ ਨੇ ਉਹ ਜਾ ਰਹੇ ਨੇ ਆਪਣੇ ਘਰਾਂ 'ਚ ਦੁਕਾਨਾਂ ਬੰਦ ਕਰਕੇ। ਚਲੋ ਪ੍ਰਧਾਨ ਜੀ ਨੇ ਹਾਂਜੀ ਇੰਨੀ ਕੁ ਜਿਹੜੀ ਛੂਟ ਸਾਨੂੰ ਮਿਲੀ ਹੈ ਪ੍ਰਸ਼ਾਸਨ ਵੱਲੋਂ, ਮੈਂ ਧੰਨਵਾਦ ਜੀ ਉਹਨਾਂ ਦਾ। ਛੂਟ ਦੀ ਗੱਲ ਕੀਤੀ, ਮੈਂ ਲਾਸਟ ਸਵਾਲ ਪ੍ਰਧਾਨ ਜੀ ਤੋਂ ਲਵਾਂਗੇ। ਪ੍ਰਧਾਨ ਜੀ ਨੇ ਬੜੀ ਅੱਛੀ ਗੱਲ ਕਹੀ ਹੈ ਕਿ ਛੂਟ ਜ਼ਰੂਰ ਮਿਲ ਗਈ, ਲੇਕਿਨ